ਜੀ ਇਹ ਮੱਛੀ ਇੱਕ ਲੱਭੀ ਸਾਨੂੰ, ਇਹ ਮੱਛੀ ਫੜੀ ਭਾਈ ਉਹਨਾਂ ਨੇ ਸਾਨੂੰ। ਪਰੇਸ਼ਾਨੀ ਤਾਂ ਨਹੀਂ ਹੁੰਦੀ ਵੀ ਅੱਜ ਸ਼ਿਕਾਰ ਨਹੀਂ ਲੱਗਾ, ਮਿਹਨਤ ਜ਼ਾਇਆ ਹੋਈ। ਇਹ ਐਡਾ ਭਾਈ ਉਹਨਾਂ ਲਾਇਆ, ਇਹ ਡੋਰ ਨਾਲ ਲੱਗੀ ਹੈ। ਸਲਾਮ ਅਲੈਕੁਮ ਬੇਲੀਓ, ਮੈਂ ਤੁਹਾਡਾ ਭਰਾ ਮੈਰ ਨਵੀਰ, ਤੁਸੀਂ ਵੇਖ ਰਹੇ ਜੀ ਮੈਰ ਨਵੀਰ ਬਲੌਗ ਚੈਨਲ। ਅੱਜ ਮੈਂ ਤੁਹਾਨੂੰ ਲੈ ਕੇ ਆਇਆ ਵਾਂ ਦਰਿਆਏ ਰਾਵੀ। ਇਹ ਸਾਰਾ ਦਰਿਆ ਦਾ ਏਰੀਆ, 9 ਨੰਬਰ ਇਹਦਾ ਨਾਂ ਹੈ। ਇਹ ਸ਼ਹਿਰ ਫੂਲ ਨਗਰ ਤੋਂ 2-3 ਕਿਲੋਮੀਟਰ ਦੂਰ ਹੈ ਅਤੇ ਦਰਿਆਏ ਰਾਵੀ 'ਤੇ ਅਸੀਂ ਆਏ ਹਾਂ ਅਤੇ ਇੱਥੇ ਲੋਕ ਲਾਹੌਰੋਂ ਮੱਛੀਆਂ ਫੜਨ ਆਏ ਨੇ ਅਤੇ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਵਿਖਾ ਰਹੇ ਹਾਂ ਕਿ ਕਿੰਨੀਆਂ ਮੱਛੀਆਂ ਫੜੀਆਂ ਨੇ ਅਤੇ ਕੀ ਕਿੱਥੋਂ ਆਏ ਨੇ ਉਹ। ਇਹ ਬੇਲੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਹ ਭਾਈ ਸ਼ਿਕਾਰ ਕਰਨ ਆਏ ਨੇ ਮੱਛੀ ਦਾ ਲਾਹੌਰੋਂ, ਅਤੇ ਉਹਨਾਂ ਨੂੰ ਮਿਲਣੇ ਆ। ਸਲਾਮ ਅਲੈਕੁਮ ਜੀ, ਕੀ ਹਾਲ ਵੀਰੇ? ਸਲਾਮ ਅਲੈਕੁਮ ਸਰ ਜੀ, ਕੀ ਹਾਲ? ਠੀਕ ਠਾਕ। ਕਿਹੜੀ ਜਗ੍ਹਾ ਤੋਂ ਆਏ ਸਰ ਜੀ? ਅਸੀਂ ਆਏ ਐਸਸੀ ਕਾਲਜ ਤੋਂ, ਲਾਹੌਰੋਂ ਐਸਸੀ ਕਾਲਜ ਤੋਂ। ਹਾਂਜੀ ਹਾਂਜੀ। ਤੇ ਕੋਈ ਫੜੀ ਮੱਛੀ ਸੁਬਾ ਦੀ? ਹਾਂਜੀ, ਮੱਛੀ ਇੱਕ ਲੱਗੀ ਹੈ ਉੱਤੇ ਹੈ ਉਹਦੇ ਵਿੱਚ। ਆ ਦਿਖਾਇਆ ਜੀ ਭਾਈ ਕਿਹੜੀ ਮੱਛੀ ਫੜੀ ਹੈ। ਸਾਮ ਹੀ ਮੱਛੀ ਆ ਜੀ, ਰੋਹ ਫੜਿਆ ਜੀ ਰੋਹ। ਇਹ ਮੱਛੀ ਫੜੀ ਭਾਈ ਉਹਨਾਂ ਨੇ। ਇਤਨੀ ਖੁਸ਼ੀ, ਇਤਨੀ ਖੁਸ਼ੀ ਹੋਈ। ਰੋਹ ਮੱਛੀ ਹੈ ਤੇ ਸੁਬਾ ਦੀ ਇੱਕ ਹੀ ਫੜੀ ਭਾਈ? ਸੁਬਾ ਦੀ ਇੱਕ ਹੀ ਫੜੀ, ਇੱਕ ਦਾ ਸਹੀ ਪਕੜ ਲਓ ਪਕੜ। ਜੀ ਬੇਲੀਓ ਅਸੀਂ ਤੁਹਾਨੂੰ ਵਿਖਾਈਏ, ਭਾਈ ਲਾਹੌਰੋਂ ਆਏ ਨੇ ਅਤੇ ਉਹਨਾਂ ਸੁਬਾ ਦੀ ਇੱਕ ਮੱਛੀ ਫੜੀ ਛੋਟੀ ਜੀ। ਇਹ ਵੇਖੋ ਛੋਟੀਆਂ ਛੋਟੀਆਂ ਉਹ ਮੱਛੀਆਂ ਥੱਲੇ ਵੜ ਗਈ, ਉਹ ਛੋਟੇ ਛੋਟੇ ਬੱਚੇ ਨੇ ਅਤੇ ਇੱਥੋਂ ਹੀ ਲੋਕ ਵੱਡੀਆਂ ਮੱਛੀਆਂ ਫੜਦੇ ਨੇ ਅਤੇ ਇਹ ਨਾਲ ਨਾਲ ਲੋਕ ਸ਼ਿਕਾਰ ਕਰਨ ਆਏ ਨੇ। ਹਾਂ ਹੈ, ਇਹ ਛੋਟੀ ਇੱਧਰ ਕਰ। ਇਹ ਨਾਲ ਨਾਲ ਲੋਕ ਸ਼ਿਕਾਰ ਕਰਨ ਆਏ ਨੇ, ਲਾਹੌਰ ਛੁੱਟੀ ਸੀ ਸਰਕਾਰੀ ਅਤੇ ਲੋਕ ਆਏ ਨੇ ਸ਼ਿਕਾਰ ਕਰਨ ਮੱਛੀ ਦਾ। ਅਤੇ ਚਲੋ ਤੁਹਾਨੂੰ ਅੱਗੇ ਮਿਲ ਕੇ ਵਿਖਾਉਂਦੇ ਹਾਂ ਕਿ ਹੋਰ ਲੋਕਾਂ ਨੇ ਕੀ ਕੀ ਫੜਿਆ। ਚਾਚਾ ਜੀ ਕੋਈ ਨਹੀਂ ਫੜੀ ਮੱਛੀ, ਇਹ ਵੀਡੀਓ ਅਸੀਂ ਤੁਹਾਡੀ ਬਣਾ ਰਹੇ ਹਾਂ, ਅਸੀਂ ਤੁਹਾਨੂੰ ਵਿਖਾਵਾਂਗੇ ਯੂਟਿਊਬ 'ਤੇ। ਅੱਜ ਇਹਨਾਂ ਦੀ ਦਿਹਾੜੀ ਬਿਲਕੁਲ ਫਰੀ ਗਈ ਹੈ, ਕਹਿੰਦੇ ਕੋਈ ਮੱਛੀ ਨਹੀਂ ਲੱਭੀ। ਚਲੋ ਅੱਗੇ ਚੱਲਦੇ ਹਾਂ ਕਿਸੇ ਹੋਰ ਅੱਡੇ 'ਤੇ। ਸਲਾਮ ਅਲੈਕੁਮ, ਹਫ਼ਤੇ ਬਾਅਦ। ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਹੈ ਭਾਈ? ਠੀਕ ਠਾਕ। ਕਿਹੜੀ ਜਗ੍ਹਾ ਤੋਂ ਆਏ ਜੀ ਤੁਸੀਂ? ਲਾਹੌਰ। ਲਾਹੌਰ ਕਿਹੜੀ ਜਗ੍ਹਾ ਤੋਂ? ਲਾਹੌਰ ਗੁਨਾ ਟਾਊਨਸ਼ਿਪ। ਗ੍ਰੀਨ 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 ਟਾਊਨ ਤੋਂ? ਗ੍ਰੀਨ ਟਾਊਨ ਤੋਂ। ਹਾਂਜੀ। ਤੇ ਕੋਈ ਮੱਛੀ ਫੜੀ ਸੁਬਾ ਦੀ? ਨਹੀਂ ਬੋਜੀ। ਅੱਜ ਯਾਨੀ ਕਿ ਕੋਈ ਸ਼ਿਕਾਰ ਨਹੀਂ ਮਿਲਿਆ? ਕੋਈ ਸ਼ਿਕਾਰ ਨਹੀਂ। ਤੇ ਤੁਹਾਨੂੰ ਪਰੇਸ਼ਾਨੀ ਤਾਂ ਨਹੀਂ ਹੁੰਦੀ ਵੀ ਅੱਜ ਸ਼ਿਕਾਰ ਨਹੀਂ ਲੱਗਾ, ਮਿਹਨਤ ਜ਼ਾਇਆ ਹੋਈ? ਨਹੀਂ ਨਹੀਂ, ਕਿਉਂ, ਇਹ ਸ਼ੌਕ ਹੈਗਾ, ਠਰਕ ਹੈਗਾ। ਅੱਛਾ ਅੱਛਾ, ਸ਼ੌਕ ਹੈ। ਹਾਂ, ਜ਼ਬਰਦਸਤ। ਇਹ ਤਾਂ ਕਿਸਮਤ ਦੀ ਖੇਡਾਂ ਹੈਗਾ, ਅੱਖਾਂ ਨੂੰ ਠੰਡ ਮਿਲ ਗਈ ਹੈ। ਇਹ ਰਹਾ ਨਹੀਂ ਜਾਂਦਾ, ਤੜਪ ਹੀ ਐਸੀ ਹੈ ਨਾ। ਕਿੰਨੀ ਦੇਰ ਬਾਅਦ ਆਉਂਦੇ ਜੀ ਇਧਰ ਏਰੀਏ 'ਚ? ਇਹ ਤੇ ਹੁਣ 5-6 ਮਹੀਨੇ ਬਾਅਦ ਆਏ ਹੁਣ, ਚੱਲ ਸੋ ਚੱਲ ਹੋਏ। ਅੱਛਾ, ਜਿਵੇਂ ਗਰਮੀ ਪਏਗੀ ਫਿਰ ਹੁਣ। ਚਲੋ ਜੀ, ਵੈਲਕਮ ਸਾਡੇ ਏਰੀਏ 'ਚ, ਬਹੁਤ ਸ਼ੁਕਰੀਆ ਜੀ। ਇੱਕ ਭਾਈ ਆ ਬੈਠੇ ਨੇ ਜੁਗਾੜ ਲਾ ਕੇ, ਇਹ ਨਾਲ ਲਾਇਆ। ਸਲਾਮ ਅਲੈਕੁਮ ਸਰ ਜੀ, ਕੀ ਹਾਲ ਹੈ? ਠੀਕ ਠਾਕ। ਤੇ ਕੋਈ ਫੜੀ ਮੱਛੀ ਸੁਬਾ ਦੀ?
ਸਹੀ ਵੀ ਨਹੀਂ ਲੱਗੀ ਹੈਗੀ। ਤੁਸੀਂ ਵੀ ਫ੍ਰੀ ਜੇ, ਪਿੱਛੇ ਵੀ ਅਸੀਂ ਦੋ ਤਿੰਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਕੋਈ ਸ਼ਾਇਆ ਨੀ ਅਸੀਂ ਫੜੀ। ਕਿਹੜੀ ਜਗ੍ਹਾ ਤੋਂ ਆਏ ਜੀ? ਲਾਹੌਰ। ਲਾਹੌਰ ਕਿਹੜੀ ਜਗ੍ਹਾ ਤੋਂ? ਲਾਹੌਰ ਐਫਸੀ ਕਾਲਜ ਤੋਂ। ਐਫਸੀ ਕਾਲਜ ਦੇ ਕੋਲੋਂ? ਇਹ ਸਾਰੇ ਕਿਤੇ ਇਕੱਠੇ ਹੀ ਤਾਂ ਨਹੀਂ ਜੀ? ਆਹ ਚਾਰ ਜੀ, ਪੰਜ ਜੀ ਨੇ ਚਾਰ। ਅੱਛਾ ਅੱਛਾ, ਚਲੋ ਠੀਕ ਹੈ ਭਾਈ ਜੀ, ਥੈਂਕ ਯੂ, ਆ ਜਾ। ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਜੀ? ਕੀ ਹਾਲ ਹੈ ਚਾਚੂ ਜੀ? ਅਲਹਮਦੁਲਿਲਾਹ। ਕਿਹੜੀ ਜਗ੍ਹਾ ਤੋਂ ਆਏ ਜੀ? ਮਰੀਦਕੇ ਤੋਂ। ਤੇ ਕੋ ਆਈ ਮੱਛੀ ਸੁਬਾ ਦੀ? ਆ ਨੇਰੇ ਨਹੀਂ ਆਉਂਦੇ। ਅੱਛਾ, ਨੇਰੀ ਦੀ ਵਾਰ ਤੋਂ ਮੱਛੀ ਨਹੀਂ ਆਉਂਦੀ? ਜਦੋਂ ਮੱਛੀ ਨਹੀਂ ਮਿਲਦੀ ਤਾਂ ਤੁਹਾਨੂੰ ਪਰੇਸ਼ਾਨੀ ਤਾਂ ਨਹੀਂ ਹੁੰਦੀ ਕਿ ਅੱਜ ਦਿਹਾੜੀ ਦਾ? ਅੱਛਾ, ਇੰਜੋਏ ਕਰ ਰਹੇ? ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸਲਾਮ ਅਲੈਕੁਮ ਸਾਹਿਬ ਜੀ, ਕੀ ਹਾਲ? ਤੁਸੀਂ ਕਿਹੜੀ ਜਗ੍ਹਾ ਤੋਂ ਆਏ ਸਾਹਿਬ ਜੀ? ਭਾਈ ਫਿਰੋ ਤੋਂ। ਤੇ ਤੁਸੀਂ ਕੋਈ ਕੀਤਾ ਸ਼ਿਕਾਰ ਸੁਬਾ ਦਾ? ਦਿਖਾਓ ਹਾਂ, ਕਿਹੜਾ ਲੱਗਾ ਜੀ? ਕਿਹੜੀ? ਅੱਛਾ, ਇਹ ਭਾਈ ਉਹਨਾਂ ਨੇ ਇੱਕ ਮਲੀ ਮੱਛੀ ਫੜੀ ਹੈ ਸਾਡੇ ਸ਼ਹਿਰ ਭਾਈ ਫਿਰੋ ਦੇ ਨੇ। ਇਹਨਾਂ ਦੇ ਹੱਥੀ ਇੱਕ ਸ਼ਿਕਾਰ ਲੱਗਾ ਤੇ ਬਾਕੀ ਸਾਰੇ ਫ੍ਰੀ ਨੇ। ਇੱਕ ਇੱਕ ਪਿਕਚਰ ਵੀ ਇਸ ਤਰ੍ਹਾਂ ਲੈ ਲੈ ਜੀ। ਬਾਈ ਇਹਨੂੰ ਕੀ ਕਹਿੰਦੇ ਨੇ? ਇਹ ਅੱਡਾ ਭਾਈ ਉਹਨਾਂ ਲਾਇਆ, ਇਹ ਡੋਰ ਨਾਲ ਲੱਗੀ, ਨਾਲ ਘੁੰਗਰੂ ਹੈ, ਸੋਟੀ ਦੇ ਨਾਲ ਲਾਏ ਨੇ। ਤੇ ਜਦੋਂ ਕਹਿੰਦੇ ਨੇ ਮੱਛੀ ਆਉਂਦੀ ਹੈ, ਘੁੰਗਰੂ ਖੜਕ ਪੈਂਦਾ ਤੇ ਉਦੋਂ ਫਿਰ ਪਤਾ ਲੱਗ ਜਾਂਦਾ ਮੱਛੀ ਫਸ ਗਈ, ਤਾਂ ਉਦੋਂ ਖਿੱਚ ਲੈਂਦੇ ਨੇ ਜੀ। ਇਹ ਮੱਛੀ ਇੱਕ ਲੱਭੀ ਸਾਨੂੰ ਤੇ ਇਹ ਬਾਬਾ ਜੀ ਤੁਹਾਨੂੰ ਫੜਾ ਦਈਏ। ਇਹ ਮਾਸ਼ਾਅੱਲਾ ਬਹੁਤ ਪਿਆਰੀ ਮੱਛੀ ਹੈ ਤੇ ਇਹਨੂੰ ਕੰਡੇ ਵੀ ਨੇ, ਇਹ ਚੱਕ ਵੱਢ ਲੈਂਦੀ ਹੈ। ਇੱਕ ਪਿਕਚਰ ਵੀ ਇੱਥੇ ਲੈ ਲੈ। ਇਹ ਜੀ ਅਸੀਂ ਭਾਈ ਹੁਣ ਵਾਪਸ ਫੜਾਉਣੇ ਆ, ਕਿਤੇ ਸਾਰੀ ਦਿਹਾੜੀ ਦੀ ਮਿਹਨਤ ਹੈ ਉਹ ਨਾਲ ਸਾਡੇ ਹੱਥੋਂ ਦਾ ਆਇਆ। ਅੱਛਾ, ਜਾਲੀ ਚੋਂ ਵੀ ਨਿਕਲ ਜਾਂਦੀ? ਇਹ ਹੁਣ ਫਿਰ ਪਾਣੀ ਚ ਸੁੱਟਣਗੇ ਤੇ ਇਹ ਮੱਛੀ ਨੂੰ ਵੇਖ ਕੇ ਹੋਰ ਮੱਛੀਆਂ ਆਉਣਗੀਆਂ, ਫਸਣਗੀਆਂ। ਸੁੱਟੋ, ਕਿੱਥੇ ਨੇੜੇ ਸੁੱਟ ਦੇ ਕੇ ਦੂਰ। ਹੋਰ ਚਾਚੂ ਜੀ, ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਮੱਛੀ ਦਾ ਸ਼ਿਕਾਰ ਕਰਦੇ? 1990 ਦਾ ਅਸੀਂ ਕਰ ਰਹੇ ਨੇ। 1990 ਦਾ? ਯਾ ਪਹਿਲੀ ਦਫਾ ਇੰਜ ਹੋਇਆ ਕੋਈ ਮੱਛੀ ਨਹੀਂ ਆਈ? ਨਹੀਂ, ਪਹਿਲੇ ਵੀ ਕਈ ਦਫਾ ਹੋਇਆ। ਅੱਛਾ, ਤੇ ਜ਼ਿਆਦਾ ਤੋਂ ਜ਼ਿਆਦਾ ਕਿੰਨੀ ਮੱਛੀ ਦਾ ਸ਼ਿਕਾਰ ਹੋਇਆ ਤੁਹਾਡੇ ਕੋਲ? ਜ਼ਿਆਦਾ ਜ਼ਿਆਦਾ ਜਿਹੜਾ ਹੈਗਾ ਵੀ ਪਿਛਲੇ ਅਗਸਤ ਵਿੱਚ ਹੋਇਆ ਸੀ। ਹਾਂਜੀ, ਉਹ ਸਾਹਮਣੇ। ਅੱਛਾ, ਅਗਸਤ ਜਿਹੜਾ ਗਿਆ ਨਾ, ਇਸੇ ਅਗਸਤ ਵਿੱਚ ਜੋ ਪਾਣੀ ਆਇਆ, ਉਹਦੇ 13 ਦਾਣੇ ਲੱਗੇ ਸੀ। 13 ਦਾਣੇ, ਮਾਸ਼ਾਅੱਲਾ ਜੀ। ਹੋਰ ਇਹਨਾਂ ਨੂੰ, ਬਜ਼ੁਰਗਾਂ ਨੂੰ ਮਾਸ਼ਾਅੱਲਾ ਬਹੁਤ ਸ਼ਿਕਾਰ ਹੋਇਆ ਇੱਥੋਂ ਇਸੇ ਜਗ੍ਹਾ ਤੇ। ਸਹੀ, ਤਕਰੀਬਨ 16 ਲੱਗੀਆਂ ਇਹਨਾਂ ਨੂੰ, ਵੱਡੇ ਦਾਣੇ ਵੀ ਲੱਗੇ ਨੇ, 2-2 ਕਿਲੋ ਦੇ ਰੋਹ ਲੱਗੇ ਨੇ, ਜ਼ਬਰਦਸਤ ਮਲੀਆਂ ਵੀ ਲੱਗੀਆਂ ਨੇ। ਇਹ ਪਿੰਨੀ ਬਣਾਉਣ ਲੱਗੇ ਜੋ? ਪਿੰਨੀ ਬਣਾਉਣਗੇ। ਇਹ ਬਣਾਓ ਜਰਾ ਸਾਡੇ ਸਾਹਮਣੇ ਵੀ ਇੱਕ। ਦੇਖੋ ਤੁਹਾਡੇ ਸਾਹਮਣੇ, ਤੁਹਾਡੇ ਹੱਥੇ ਬਣਾ ਦਿੰਦੇ।
ਭਾਈ ਉਹਨਾਂ ਨੇ ਪਿੰਨੀ ਬਣਾਈ ਏ, ਇਹਨੂੰ ਕੀ ਲਾਇਆ ਚਾਚੂ ਜੀ? ਇਹ ਪਿੰਨੀ ਨੂੰ ਆਟਾ ਲਾ ਕੇ ਤੇ ਹੁਣ ਘੁਮਾ ਕੇ ਸੁੱਟਣਗੇ ਤੇ ਫਿਰ ਮੱਛੀ ਆਏਗੀ। ਕਿਆ ਬਾਤ ਹੈ, ਲਓ ਜੀ ਬੇਲੀਓ ਅਸੀਂ ਹੁਣ ਦਰਿਆ ਇਹ ਰਾਵੀ ਦੇ ਐਂਡ ਤੇ ਆ ਚੁੱਕੇ ਹਾਂ। ਵੇਖੋ ਇੱਥੇ ਅੱਗੇ ਰਸਤਾ ਖਤਮ ਹੈ, ਉਹ ਕਸ਼ਤੀ ਜਿਵੇਂ ਲੱਗੀ ਹੈ ਉਹ ਉੱਥੋਂ ਇੱਧਰ ਆਏਗੀ ਤੇ ਇੱਥੋਂ ਫਿਰ ਕਸ਼ਤੀ ਤੇ ਬੇੜੀ ਤੇ ਜਿਹਨੂੰ ਕਹਿੰਦੇ ਨੇ ਲੋਕ ਬਹਿ ਕੇ ਫਿਰ ਦੂਜੀ ਸਾਈਡ ਤੇ ਜਾਣਗੇ। ਤੇ ਅਸੀਂ ਤੁਹਾਨੂੰ ਅੱਜ ਮੱਛੀ ਦਾ ਸ਼ਿਕਾਰ ਵੀ ਵਿਖਾਇਆ, ਲਹੋਰੋ ਬੰਦਿਆਂ ਨੇ ਆ ਕੇ ਕਿੰਨੀ ਕਿੰਨੀ ਮੱਛੀ ਫੜੀ ਹੈ। ਤੇ ਅੱਜ ਦੀ ਵੀਡੀਓ, ਅੱਜ ਦਾ ਵਲੋਗ ਅਸੀਂ ਇੱਥੇ ਖਤਮ ਕਰਨੇ ਹਾਂ ਤੇ ਮਿਲਣੇ ਹਾਂ ਤੁਹਾਨੂੰ ਨੈਕਸਟ ਵਲੋਗ 'ਚ। ਦੇਖਦੇ ਰਹੋ ਮੈਂ ਨਵੀਨ ਵਲੋਗ ਚੈਨਲ। ਅਗਰ ਵੀਡੀਓ ਅੱਛੀ ਲੱਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਬਹੁਤ ਸ਼ੁਕਰੀਆ।